ਹਾਈ ਪ੍ਰੋਫਾਈਲ ਸੀਟ ਹੈ ਔਰ ਫਿਰੋਜ਼ਪੁਰ ਸੀਟ ਬੇਹੱਦ ਇੰਪੋਰਟੈਂਟ ਹੈ। ਕਿਹੜੇ ਕਿਹੜੇ ਫੈਕਟਰ ਨੇ ਫਿਰੋਜ਼ਪੁਰ? ਸ਼ੁਰੂਆਤ ਕਰਦੇ ਹਾਂ। ਪੇਂਡੂ ਆਬਾਦੀ ਕਰੀਬ 70% ਹੈ, ਪੇਂਡੂ ਆਬਾਦੀ 70% ਹੈ ਫਿਰੋਜ਼ਪੁਰ ਦੇ ਵਿੱਚ। ਇਹ ਸਭ ਤੋਂ ਵੱਡਾ ਫੈਕਟਰ ਹੈ। ਅਰੋੜਾ ਬਰਾਦਰੀ ਦਾ ਜ਼ਿਆਦਾ ਵੱਡਾ ਆਧਾਰ ਹੈ ਇਸ ਆਬਾਦੀ ਦੇ ਵਿੱਚ। ਦਲਿਤ ਵੋਟ ਬੈਂਕ ਬਹੁਤ ਮਾਇਨੇ ਰੱਖਦਾ ਔਰ ਦਲਿਤ ਵੋਟ ਬੈਂਕ ਦੇ ਵਿੱਚ ਰਾਜ ਸਿੱਖ ਬਰਾਦਰੀ ਆਉਂਦੀ ਹੈ। ਇਸ ਤੋਂ ਇਲਾਵਾ ਕੰਬੋਜ ਬਰਾਦਰੀ ਦਾ ਵੀ ਇਸ ਇਲਾਕੇ ਦੇ ਵਿੱਚ ਵੱਡਾ ਪ੍ਰਭਾਵ ਹੈ। ਇਸ ਵੇਲੇ ਮੌਜੂਦਾ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਥੋਂ MP ਨੇ, ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ। ਸੋ ਅਕਾਲੀ ਦਲ ਦੇ ਲਈ ਵੀ ਵੱਡਾ ਚੈਲੰਜ ਹੈ ਇਹ ਸੀਟ, ਔਰ ਇਹ ਫੈਕਟਰ ਇਸ ਸੀਟ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਨੇ। ਯਾਨੀ ਕੈਂਡੀਡੇਟ ਦੀ ਚੋਣ ਕਰਨ ਦੇ ਲਈ, ਉਮੀਦਵਾਰ ਦੀ ਚੋਣ ਕਰਨ ਦੇ ਲਈ ਇਹ ਫੈਕਟਰ, ਇਹਨਾਂ 'ਚੋਂ ਕੋਈ ਇੱਕ ਫੈਕਟਰ ਸਭ ਤੋਂ ਵੱਧ ਇੰਪੋਰਟੈਂਸ ਦੇ ਕੇ ਚੁਣਿਆ ਜਾ ਸਕਦਾ ਕਿ ਕੈਂਡੀਡੇਟ ਕਿਸ 'ਤੇ ਚੁਣਿਆ ਜਾਣਾ। ਉਹ ਪੇਂਡੂ ਆਬਾਦੀ ਨੂੰ ਧਿਆਨ 'ਚ ਰੱਖ ਕੇ ਹੋ ਸਕਦਾ, ਉਹ ਦਲਿਤ ਆਬਾਦੀ ਨੂੰ ਧਿਆਨ 'ਚ ਰੱਖ ਕੇ ਹੋ ਸਕਦਾ। ਬਿਲਕੁਲ, ਤਾਂ ਇੱਕ ਹੋਰ ਮੈਂਸ਼ਨ ਕਰ ਦੇਵਾਂ ਕਿ ਅਰੋੜਾ ਬਰਾਦਰੀ 'ਤੇ ਅਸੀਂ ਰਾਜ ਸਿੱਖ ਅਤੇ ਕੰਬੋਜ ਬਰਾਦਰੀ ਦਾ ਜ਼ਿਕਰ ਕਰ ਰਹੇ ਹਾਂ। ਅਰੋੜਾ ਬਰਾਦਰੀ ਨੂੰ ਤੁਸੀਂ ਹਿੰਦੂ ਵੋਟਰਾਂ ਦੇ ਨਾਲ ਵੀ ਜੋੜ ਸਕਦੇ ਹੋ। ਅਰੋੜਾ ਬਰਾਦਰੀ ਵੀ ਇੱਕ ਚੰਗਾ ਖਾਸਾ ਆਧਾਰ ਉੱਥੇ ਰੱਖਦੀ ਹੈ। ਜੇ ਮੈਂ ਹਿੰਦੂ ਵੋਟਰਾਂ ਦਾ ਜ਼ਿਕਰ ਕਰਾਂ ਤਾਂ 4-4.5 ਲੱਖ ਦੇ ਕਰੀਬ ਹਿੰਦੂ ਵੋਟਰ ਹੈਗੇ ਨੇ ਇਸ ਸੀਟ ਦੇ ਉੱਤੇ। ਡਿਸਾਈਡਿੰਗ ਫੈਕਟਰ ਹੋ ਸਕਦਾ, ਹਾਲਾਂਕਿ ਪੇਂਡੂ ਆਬਾਦੀ ਬਹੁਤ ਹੈ। ਇੱਕ ਵਾਰੀ ਜਲਦੀ ਤੋਂ ਅਸੀਂ ਨਜ਼ਰ ਪਾਉਂਦੇ ਹਾਂ, ਉਸ ਤੋਂ ਬਾਅਦ ਅਸੀਂ ਜਿਹੜੇ ਪ੍ਰੋਬੇਬਲਸ ਨੇ ਉਹਨਾਂ ਦਾ ਰੁਖ ਕਰਾਂਗੇ। ਤਾਂ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਟ ਸਹਾਏ, ਜਲਾਲਾਬਾਦ, ਫਾਜ਼ਿਲਕਾ, ਅਬੋਹਰ, ਬੱਲੂਆਣਾ, ਮਲੋਟ ਤੇ ਮੁਕਤਸਰ, ਇਹ ਸਾਰਿਆਂ ਦੇ ਉੱਤੇ। ਇਨਫੈਕਟ ਮੈਂ ਇੱਕ ਹੋਰ ਜਿਹੜਾ ਫੈਕਟਰ ਬਹੁਤ ਅਹਿਮ ਹੈ ਉਹ ਹੈ ਡੇਰਾ ਸਿਰਸਾ। ਡੇਰਾ ਸਿਰਸਾ ਦਾ ਬਹੁਤ ਪ੍ਰਭਾਵ ਇਹਨਾਂ ਸਾਰੀਆਂ ਸੀਟਾਂ ਦੇ ਉੱਤੇ, 9 ਦੀਆਂ 9 ਸੀਟਾਂ ਦੇ ਉੱਤੇ ਹੈ। ਉਸ ਤੋਂ ਬਾਅਦ ਜੇ ਮੈਂ ਜ਼ਿਕਰ ਕਰਾਂ ਤਾਂ ਹਿੰਦੂ ਵੋਟਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਹੈਗੇ ਨੇ, ਫਿਰੋਜ਼ਪੁਰ ਸ਼ਹਿਰੀ ਦੇ ਵਿੱਚ, ਜਲਾਲਾਬਾਦ, ਫਾਜ਼ਿਲਕਾ, ਅਬੋਹਰ ਔਰ ਬੱਲੂਆ। ਇਹ 5 ਸੀਟਾਂ ਹੈਗੀਆਂ ਨੇ ਜਿੱਥੇ ਹਿੰਦੂ ਵੋਟ ਬੈਂਕ ਬਹੁਤ ਇੱਕ ਵੱਡਾ ਰੋਲ ਪਲੇ ਕਰ ਸਕਦੇ ਨੇ। ਬਿਲਕੁਲ, ਜੇ ਅਸੀਂ ਗੱਲ ਫਿਰੋਜ਼ਪੁਰ ਦੀ, ਕਿਉਂਕਿ ਬਿਲਕੁਲ ਗੌਰਵ, ਇਹ ਜਿਹੜੇ ਹਲਕੇ ਨੇ ਇਹ ਰਾਜਸਥਾਨ ਦੀ ਹੱਦ ਦੇ ਨਾਲ ਲੱਗਦੇ ਨੇ ਔਰ ਜਾਟ ਬੈਲਟ ਜਿਹੜੀ ਹੈ, ਸੁਨੀਲ ਜਾਖੜ ਜਿਸ ਬੈਲਟ ਤੋਂ ਆਉਂਦੇ ਨੇ, ਉਸ ਬੈਲਟ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਇਹ। ਕਿਉਂਕਿ ਜਿਸ ਵੇਲੇ ਪੰਜਾਬ ਬਣਿਆ ਸੀ ਉਸ ਵੇਲੇ, ਅੱਜ ਤੱਕ ਕਈ ਵਾਰ ਜ਼ਿਕਰ ਹੁੰਦਾ ਕਿ ਹਿੰਦੀ ਭਾਸ਼ੀ ਜਿਹੜੇ ਇਲਾਕੇ ਨੇ ਉਹਨਾਂ ਨੂੰ ਦਿੱਤਾ ਜਾਵੇ, ਕਦੇ ਹਰਿਆਣਾ ਮੰਗ ਕਰਦਾ ਹੈ ਰਾਜਸਥਾਨ। ਤਾਂ ਇਹ ਉਹ ਏਰੀਏ ਨੇ ਜਿਹੜੇ ਪਿਛਲੇ ਪਾਸੇ, ਉੱਥੇ ਉਹਨਾਂ ਦੀਆਂ ਹੱਦਾਂ ਲੱਗਦੀਆਂ ਨੇ, ਹਰਿਆਣੇ ਨਾਲ ਲੱਗਦੀ ਹੋਵੇ ਜਾਂ ਰਾਜਸਥਾਨ ਨਾਲ ਲੱਗਦੀ ਹੋਵੇ, ਇਸ ਕਰਕੇ ਉਹ ਆਬਾਦੀ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ। ਠੀਕ ਹੈ, ਆਪਾਂ ਹੁਣ ਵੱਧਦੇ ਹਾਂ ਅੱਗੇ ਤੇ ਦੇਖਾਂਗੇ ਕੌਣ ਕੌਣ ਦਾਅਵੇਦਾਰ ਨੇ ਟਿਕਟ ਦੇ। ਪਹਿਲਾਂ ਦਿਖਾਵਾਂਗੇ ਆਮ ਆਦਮੀ ਪਾਰਟੀ, ਸਕਰੀਨ ਦੇ ਉੱਤੇ ਆ ਚੁੱਕੇ ਅਮਨ ਸ਼ੇਰ ਸਿੰਘ ਕਲਸੀ, ਮਾਫੀ ਚਾਹੂੰਗਾ, ਗੁਰਦਾਸਪੁਰ ਆਇਆ। ਜੇ ਅਸੀਂ ਫਿਰੋਜ਼ਪੁਰ ਦਾ ਜੇਕਰ ਦਿਖਾ ਸਕੀਏ, ਫਿਰੋਜ਼ਪੁਰ ਦਾ ਇੱਕ ਵਾਰੀ ਕਾਂਗਰਸ ਦੇ ਦਿਖਾ ਦਿਓ ਦਾਅਵੇਦਾਰ ਕੌਣ ਨੇ, ਉਸ ਤੋਂ ਬਾਅਦ ਮੈਂ ਫਿਰੋਜ਼ਪੁਰ ਦਾ ਰੁਖ ਕਰਾਂਗਾ। ਗੁਰਦਾਸਪੁਰ ਦਾ ਅਸੀਂ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਫਿਰੋਜ਼ਪੁਰ ਦੇ ਵਿੱਚ ਗੌਰਵ ਚਿਹਰੇ ਨੇ ਆਮ ਆਦਮੀ ਪਾਰਟੀ ਦੇ, ਜਗਦੀਪ ਸਿੰਘ ਗੋਲਡੀ ਕੰਬੋਜ ਜੀ, ਸੁਖਬੀਰ ਬਾਦਲ ਨੂੰ ਹਰਾਇਆ, ਇਸ ਕਰਕੇ ਵੱਡਾ ਚਿਹਰਾ ਮੰਨੇ ਜਾਂਦੇ ਨੇ, ਜਲਾਲਾਬਾਦ ਤੋਂ ਵਿਧਾਇਕ ਨੇ, ਜਿੱਤ ਕੇ ਆਏ ਨੇ। ਦੂਸਰੇ ਜਿਹੜੇ ਦੂਸਰਾ ਚਿਹਰਾ ਕਰਨ ਗਲਹੋਤਰਾ, ਸਮਾਜ ਸੇਵੀ ਨੇ, ਅਕਸਰ ਵੱਡੇ ਸਮਾਗਮਾਂ ਦੇ ਵਿੱਚ ਸਰਕਾਰ ਦੇ ਨਾਲ ਨਜ਼ਰ ਆਉਂਦੇ ਨੇ। ਸੁਨੀਲ ਸਚਦੇਵਾ ਜ਼ਿਲ੍ਹਾ ਪ੍ਰਧਾਨ ਨੇ ਫਾਜ਼ਿਲਕਾ ਦੇ, ਸੁਖਰਾਜ ਸਿੰਘ ਗੋਰਾ ਸੰਯੁਕਤ ਸਕੱਤਰ ਨੇ ਪੰਜਾਬ ਦੇ, ਮੋਟੇ ਤੌਰ ਤੇ ਇਹ ਦਾਅਵੇਦਾਰ ਨੇ। ਆਮ ਆਦਮੀ ਪਾਰਟੀ ਦੀ ਗੌਰਵ ਇੱਕ ਇਹ ਵੀ ਖਾਸੀਅਤ ਹੈ ਕਿ ਉਹ ਕਈ ਵਾਰ ਕਿਸੇ ਵੀ ਐਸੇ ਸ਼ਖਸ ਨੂੰ ਵੀ ਟਿਕਟ ਦੇ ਦਿੰਦੇ ਆ ਜਿਸ ਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ। ਔਰ ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਸੰਗਰੂਰ ਤੋਂ ਜਿਹੜੀ ਬਾਈ ਇਲੈਕਸ਼ਨ ਹੋਈ ਸੀ, ਜੇ ਉੱਥੇ ਦੇਖੀਏ ਤਾਂ ਘਰਾਚੋਂ ਉਹਨਾਂ ਨੂੰ ਟਿਕਟ ਦਿੱਤੀ ਕੋਈ ਵੀ ਨਹੀਂ ਜਾਣਦਾ ਸੀ, ਪਰ ਉਸ ਵੇਲੇ ਕਿਉਂਕਿ ਇੱਕ ਪ੍ਰਭਾਵ ਵੱਖਰਾ ਸੀ। ਹੁਣ ਜਦੋਂ ਵੱਡੀਆਂ ਪਾਰਟੀਆਂ ਦੇ ਨਾਲ ਟੱਕਰ ਲੈਣੀ ਹੈ ਔਰ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ, ਤਾਂ ਐਸੇ ਵਿੱਚ ਪਾਰਟੀ ਕਈ ਵਾਰ ਸੋਚਦੀ ਹੈ, ਪਰ ਫਿਰ ਵੀ ਉਹਨਾਂ ਚਿਹਰਿਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜੋ ਉਸ ਲੈਵਲ ਦੇ ਵੱਡੇ ਚਿਹਰੇ ਨਹੀਂ। ਅੱਛਾ ਚਲੋ, ਮੈਂ ਛੋਟਾ ਜਿਹਾ ਇੱਕ ਵਾਰੀ ਦੁਬਾਰਾ ਜ਼ਿਕਰ ਕਰ ਦਵਾਂ। ਦੇਖੋ, ਬਹੁਤ ਸਾਰੇ ਦਾਅਵੇਦਾਰਾਂ ਦੇ ਵਿਚਾਲੇ 2 ਦਾਅਵੇਦਾਰ ਸਾਨੂੰ ਜਿਹੜੇ ਨਜ਼ਰ ਆ ਰਹੇ ਨੇ, ਤੁਸੀਂ ਕਹਿ ਸਕਦੇ ਹੋ ਕਿ ਸਟਰੋਂਗ ਦੇ ਵਿੱਚ ਹੈਗੇ ਨੇ। ਮੈਂ ਅਰੋੜਾ ਬਰਾਦਰੀ ਦਾ ਜ਼ਿਕਰ ਕੀਤਾ ਸੀ ਤਾਂ ਕਰਨ ਗਲਹੋਤਰਾ ਉਸ ਬਰਾਦਰੀ ਤੋਂ ਆਉਂਦੇ ਨੇ, ਇੱਕ ਇਹਨਾਂ ਦੀ
ਤੁਸੀਂ ਕਹਿ ਸਕਦੇ ਹੋ ਸਟਰੈਂਥ ਹੈ। ਦੂਜੇ ਪਾਸੇ ਆਪਾਂ ਕੰਬੋਜ ਬੋਲਡੀ ਕੰਬੋਜ ਦਾ ਜ਼ਿਕਰ ਕੀਤਾ ਹੈ ਤਾਂ ਇਹ ਵੀ ਕਿਉਂਕਿ ਉੱਥੇ ਇੱਕ ਆਲਰੇਡੀ ਜਲਾਲਾਬਾਦ ਦੇ ਵਿੱਚ ਵੱਡੀ ਜਿੱਤ ਹਾਸਲ ਕਰ ਚੁੱਕੇ ਨੇ, ਇਸ ਕਰਕੇ ਦਾਅਵੇਦਾਰੀ ਉਹਨਾਂ ਦੀ ਵੀ ਮਜ਼ਬੂਤ ਹੈ। ਅੱਛਾ, ਇੱਕ ਹੋਰ ਬਹੁਤ ਇੰਪੋਰਟੈਂਟ ਪਾਰਟ ਹੈ ਕਿ ਜੇਕਰ ਆਮ ਆਦਮੀ ਪਾਰਟੀ ਉੱਥੋਂ ਕੋਈ ਉਮੀਦਵਾਰ ਚੁਣਦੀ ਹੈ ਤਾਂ ਉਸਦਾ ਮੁਕਾਬਲਾ ਜਾਂ ਤਾਂ ਸੁਖਬੀਰ ਸਿੰਘ ਬਾਦਲ ਨਾਲ ਹੋ ਸਕਦਾ ਹੈ ਜਾਂ ਫਿਰ ਉਹਨਾਂ ਦੇ ਕੱਦ ਦਾ ਕੋਈ ਆਗੂ ਅਕਾਲੀ ਦਲ ਉਤਾਰੇਗਾ। ਬਿਲਕੁਲ। ਦੂਜਾ ਜਾਂ ਸੁਨੀਲ ਜਾਖੜ ਨਾਲ ਹੋ ਸਕਦਾ ਜਾਂ ਜਾਖੜ ਦੇ ਕੱਦ ਦਾ ਕੋਈ ਆਗੂ ਬੀਜੇਪੀ ਵੱਲੋਂ ਲੜਦਾ ਹੋਇਆ ਨਜ਼ਰ ਆ ਸਕਦਾ ਕਿਉਂਕਿ ਜਾਖੜ ਇੱਕ ਤਰੀਕੇ ਨਾਲ ਪੂਰਾ ਪ੍ਰਭਾਵ ਰੱਖਦੇ ਨੇ ਤਾਂ ਉਸਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਇਹ ਚਿਹਰੇ ਹੈਗੇ ਨੇ। ਅੱਛਾ, ਹੁਣ ਉਹ ਚਿਹਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਕੋਈ ਡਿਸੀਜਨ ਲੈ ਲੈਣ ਆਮ ਆਦਮੀ ਪਾਰਟੀ ਦਾ ਦੇਖਣਾ ਹੋਏਗਾ। ਅੱਛਾ, ਇੱਕ ਇਨਫੈਕਟ ਮੈਂ ਗੋਲਡੀ ਕੰਬੋਜ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਜਿਹੜੇ ਜਲਾਲਾਬਾਦ ਤੋਂ ਹਰਾਉਣਾ ਕੈਬਿਨੇਟ ਤੱਕ ਉਹਨਾਂ ਨੂੰ ਨਹੀਂ ਪਹੁੰਚਾ ਸਕਿਆ ਸੁਖਬੀਰ ਬਾਦਲ ਨੂੰ ਹਰਾਉਣਾ, ਪਰ ਹੋ ਸਕਦਾ ਹੈ ਕਿ ਲੋਕ ਸਭਾ ਵਾਲੀ ਟਿਕਟ ਤੱਕ ਜ਼ਰੂਰ ਪਹੁੰਚਾ ਦੇਵੇ। ਬਿਲਕੁਲ, ਚਾਂਸਿਸ ਨੇ ਕਿਉਂਕਿ ਵੱਡਾ ਚਿਹਰਾ ਇਸੇ ਲਈ ਬਣਦਾ ਜੇ ਤੁਸੀਂ ਕਿਸੇ ਵੱਡੇ ਚਿਹਰੇ ਨੂੰ ਹਰਾਉਣੇ ਹੋ। ਆਪਾਂ ਕੱਲ ਗੁਰਮੀਤ ਸਿੰਘ ਖੁੱਡੀਆਂ ਦਾ ਜ਼ਿਕਰ ਕਰ ਰਹੇ ਸੀ, ਉਹ ਵੱਡਾ ਚਿਹਰਾ ਇਸੇ ਲਈ ਬਣੇ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ, ਔਰ ਇਸ ਕਰਕੇ ਬਹੁਤ ਸਾਰੇ ਐਸੇ ਆਮ ਆਦਮੀ ਪਾਰਟੀ ਦੇ ਕੋਲ ਚਿਹਰੇ ਨੇ ਜਿਨ੍ਹਾਂ ਨੇ ਚਰਨਜੀਤ ਚੰਨੀ ਨੂੰ ਹਰਾਇਆ, ਜਿਨ੍ਹਾਂ ਨੇ ਹੋਰ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ, ਬਹੁਤ ਸਾਰੇ ਐਸੇ ਚਿਹਰੇ ਨੇ। ਸੋ ਇਸ ਕਰਕੇ ਗੋਲਡੀ ਕੰਬੋਜ ਇੱਕ ਵੱਡਾ ਨਾਮ ਹੈ, ਪਰ ਇਹਨਾਂ ਦੇ ਸਾਹਮਣੇ ਜਦੋਂ ਆਪਾਂ ਦੂਜੀ ਤਸਵੀਰ ਦੇਖਾਂਗੇ ਹੁਣ ਗੌਰਵ ਕਾਂਗਰਸ ਦੀ ਜਿਹੜੇ ਜਿਹੜੇ ਕੈਂਡੀਡੇਟ ਨੇ ਉਹ ਵੀ ਆਪਾਂ ਸਕਰੀਨ ਤੇ ਦਿਖਾਉਂਦੇ ਹਾਂ। ਥੋੜਾ ਜਿਹਾ ਕਰਨ ਗਿਲਹੋਤਰਾ ਬਾਰੇ ਵੀ ਜ਼ਿਕਰ ਕਰ ਦਵਾਂ, ਉਸ ਤੋਂ ਬਾਅਦ ਆਪਾਂ ਕਾਂਗਰਸ ਦਾ ਰੁਖ ਕਰਦੇ ਹਾਂ। ਅੱਛਾ, ਇਹ ਚਿਹਰਾ ਬਹੁਤ ਵੱਖ ਵੱਖ ਥਾਵਾਂ ਦੇ ਉੱਤੇ ਨਜ਼ਰ ਆਉਂਦਾ ਹੈ, ਸੈਲੀਬ੍ਰਿਟੀਜ਼ ਦੇ ਨਾਲ ਨਜ਼ਰ ਆਉਂਦਾ ਹੈ। ਮੈਂ ਗੁਰਦਾਸਪੁਰ ਵਾਲਾ ਜ਼ਿਕਰ ਕਰਾਂ ਕਿ ਉੱਥੇ ਸਨੀ ਦਿਓਲ ਆਏ ਜਿੱਤ ਗਏ ਤਾਂ ਜੇ ਕਰਨ ਗਿਲਹੋਤਰਾ ਮੈਦਾਨ ਦੇ ਵਿੱਚ ਉਤਰਦੇ ਨੇ ਬਹੁਤ ਸਾਰੇ ਸੈਲੀਬ੍ਰਿਟੀਜ਼ ਨੂੰ ਨਾਲ ਲੈ ਕੇ ਆਉਂਦੇ ਨੇ, ਉਸਦਾ ਕਿੰਨਾ ਇੰਪੈਕਟ ਪੈਂਦਾ ਹੈ ਜਿਹੜੇ ਇਹਨਾਂ ਦੇ ਸਾਥੀ ਨੇ ਇਹਨਾਂ ਦੀ ਜਾਣ ਪਛਾਣ ਦੇ ਨੇ ਜੋ ਉੱਥੇ ਆ ਕੇ ਨੌ ਵਿਧਾਨ ਸਭਾ ਹਲਕਿਆਂ 'ਚ ਨਜ਼ਰ ਆਉਂਦੇ ਨੇ ਤਾਂ ਉਹ ਵੀ ਇੱਕ ਵੱਡਾ ਇੰਪੈਕਟ ਹੋ ਸਕਦਾ ਹੈ ਜੇ ਟਿਕਟ ਇਹਨਾਂ ਨੂੰ ਮਿਲਦੀ ਹੈ। ਹੁਣ ਆਪਾਂ ਕਾਂਗਰਸ ਵਾਲੇ ਪਾਸੇ ਰੁਖ ਕਰਦੇ ਹਾਂ ਤਾਂ ਕਾਂਗਰਸ ਦੇ ਜਿਹੜੇ ਉਮੀਦਵਾਰ ਜਾਂ ਦਾਅਵੇਦਾਰ ਨੇ ਉਹ ਸਕਰੀਨ ਦੇ ਉੱਤੇ ਆ ਚੁੱਕੇ ਨੇ, ਅੰਮ੍ਰਿਤਾ ਵੜਿੰਗ, ਕੁਲਵੀਰ ਸਿੰਘ ਜੀਰਾ, ਸ਼ੇਰ ਸਿੰਘ ਘੁਬਾਇਆ ਤੇ ਇੱਕ ਚਿਹਰਾ ਰਮਿੰਦਰ ਆਮਲਾ। ਰਮਿੰਦਰ ਆਮਲਾ, ਬਿਲਕੁਲ। ਰਮਿੰਦਰ ਆਮਲਾ ਹਾਲਾਂਕਿ ਵਿਧਾਇਕ ਰਹਿ ਚੁੱਕੇ ਨੇ, ਪ੍ਰਭਾਵਸ਼ਾਲੀ ਨੇ ਉਸ ਇਲਾਕੇ ਦੇ ਵਿੱਚ, ਔਰ ਬਹੁਤ ਵਾਰੀ ਇਹਨਾਂ ਬਾਰੇ ਕਿਆਸਰਾਈਆਂ ਲੱਗਦੀਆਂ ਰਹੀਆਂ ਨੇ, ਪਰ ਇਹਨਾਂ ਨੇ ਪਿਛਲਾ ਇਲੈਕਸ਼ਨ ਨਹੀਂ ਲੜਿਆ। ਉਸ ਚੀਜ਼ ਨੇ ਸਭ ਨੂੰ ਹੈਰਾਨ ਕੀਤਾ ਕਿ ਇਹਨਾਂ ਨੇ ਇਲੈਕਸ਼ਨ ਕਿਉਂ ਨਹੀਂ ਲੜਿਆ, ਪਰ ਵੱਡਾ ਚਿਹਰਾ ਨੇ, ਵੱਡਾ ਨਾਮ ਨੇ, ਸਮਰੱਥ ਆਉਂਦੇ ਨੇ, ਆਰਥਿਕ ਤੌਰ ਤੇ ਬੜੇ ਮਜ਼ਬੂਤ ਨੇ, ਇਹ ਮੰਨਿਆ ਜਾਂਦਾ ਉਸ ਇਲਾਕੇ ਦੇ ਵਿੱਚ। ਪਰ ਅੰਮ੍ਰਿਤਾ ਵੜਿੰਗ ਦਾ ਨਾਮ ਗੌਰਵ ਬੜਾ ਦਿਲਚਸਪ ਹੈ ਇਸ ਹਲਕੇ ਤੋਂ ਆਉਣਾ, ਔਰ ਅੰਮ੍ਰਿਤਾ ਵੜਿੰਗ ਦਾ ਨਾਮ ਇਸ ਹਲਕੇ ਤੋਂ ਸਾਹਮਣੇ ਆਉਣ ਦੀ ਵਜ੍ਹਾ ਇਹ ਹੈ ਕਿ ਜੇ ਅਕਾਲੀ ਦਲ ਦੇ ਵਿੱਚ ਚਰਚਾਵਾਂ ਚੱਲਦੀਆਂ ਨੇ ਕਿ ਹਰਸਿਮਰਤ ਬਾਦਲ ਬਠਿੰਡਾ ਤੋਂ ਸ਼ਿਫਟ ਹੋ ਕੇ ਫਿਰੋਜ਼ਪੁਰ ਜਾ ਸਕਦੇ ਨੇ, ਤਾਂ ਫਿਰ ਉਹਨਾਂ ਨੂੰ ਟੱਕਰ ਦੇਣ ਦੇ ਲਈ ਕਾਂਗਰਸ ਦੇ ਕੋਲ ਅੰਮ੍ਰਿਤਾ ਵੜਿੰਗ ਦਾ ਚਿਹਰਾ ਰਹਿ ਜਾਂਦਾ ਹੈ। ਫਿਰ ਉਹ ਅੰਮ੍ਰਿਤਾ ਵੜਿੰਗ ਨੂੰ ਉਹਨਾਂ ਦੇ ਸਾਹਮਣੇ ਇਲੈਕਸ਼ਨ ਦੇ ਵਿੱਚ ਉਤਾਰ ਸਕਦੇ ਨੇ। ਹਾਲਾਂਕਿ ਸ਼ੇਰ ਸਿੰਘ ਘੁਬਾਇਆ ਇੱਕ ਮਜ਼ਬੂਤ ਦਾਅਵੇਦਾਰ ਨੇ, ਪਹਿਲਾਂ ਨੁਮਾਇੰਦਗੀ ਕਰ ਚੁੱਕੇ ਨੇ ਉਸ ਹਲਕੇ ਦੀ, ਇਸ ਕਰਕੇ ਉਹਨਾਂ ਦੀ ਦਾਅਵੇਦਾਰੀ ਬਹੁਤ ਮਜ਼ਬੂਤ ਹੈ। ਪਰ ਅੰਮ੍ਰਿਤਾ ਵੜਿੰਗ ਇਨ ਕੇਸ ਜੇ ਹਰਸਿਮਰਤ ਬਾਦਲ ਕਿਸੇ ਤਰੀਕੇ ਸ਼ਿਫਟ ਹੁੰਦੇ ਨੇ ਫਿਰ ਜ਼ਿਆਦਾ ਚਾਂਸਿਸ ਨੇ, ਅਦਰਵਾਈਜ਼ ਦੂਜੇ ਚਿਹਰਿਆਂ 'ਚੋਂ ਵੀ ਕਿਸੇ ਨੂੰ ਮੌਕਾ ਦੇ